ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਹੋਪ ਸਾਰੇ ਵਧੀਆ ਹੀ ਹੋਣਗੇ। ਹੈਪੀ ਹੋਲੀ ਟੂ ਆਲ ਆਫ ਯੂ। ਸਾਰੇ ਜਣੇ ਬਹੁਤ ਧਿਆਨ ਨਾਲ ਹੋਲੀ ਖੇਡੋ ਜੀ। ਕਰੋਨਾ ਕਰੋਨਾ ਦਾ ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਜਿਹੜਾ ਘਰ ਆਪਣੇ ਕੋਲ ਪੁਰਾਣੇ ਰੰਗ ਪਏ ਹੁੰਦੇ ਉਹਨਾਂ 'ਚ ਕਰੋਨਾ ਨਹੀਂ ਹੁੰਦਾ। ਦੱਬ ਕੇ ਰੰਗ ਨਾਲ ਖੇਡੋ, ਇੱਕ ਦੂਜੇ ਨੂੰ ਲਬੇੜੋ, ਕੋਈ ਚੱਕਰ ਵਾਲੀ ਗੱਲ ਨਹੀਂ। ਇਹ ਕਰੋਨਾ ਦਾ ਰੌਲਾ ਤਾਂ ਕਰਕੇ ਪਾਇਆ ਕਿਉਂਕਿ ਜਿਹੜਾ ਦਿੱਲੀ ਵਿੱਚ ਦੰਗੇ ਹੋਇਆ ਉਹ ਵਾਲੇ ਮੁੱਦੇ ਨੂੰ ਨੱਪਿਆ ਜਾਵੇ। ਸੋ ਕਰੋਨਾ ਦੇ ਚੱਕਰ 'ਚ ਨਾ ਉਲਝੋ, ਵਧੀਆ ਸਾਰੇ ਪਰਿਵਾਰ ਨਾਲ ਆਪਦੇ ਨਾਲ ਹੋਲੀ ਖੇਡੋ, ਇੰਜੋਏ ਕਰੋ, ਪਕੌੜੇ ਪਕੂੜੇ ਖਾਓ, ਮਠਿਆਈਆਂ ਖਾਓ, ਐਸ਼ ਕਰੋ ਪੂਰੀ। ਚਲੋ ਠੀਕ ਹੈ ਜੀ, ਮਿਲਦੇ ਨਵੀਂ ਵੀਡੀਓ 'ਚ। ਬਾਏ ਬਾਏ। ਅਤੇ ਧਿਆਨ ਰੱਖਿਓ, ਅੱਖਾਂ 'ਚ ਕਿਤੇ ਰੰਗ ਰੁੰਗ ਨਾ ਪੈ ਜੇ। ਹਾਂ, ਕਿਸੇ ਜੀਵ ਜੰਤੂ ਦੇ ਰੰਗ ਰੁੰਗ ਨਾ ਪਾਇਓ, ਉਹਨਾਂ ਨੂੰ ਦਿੱਕਤ ਆ ਜਾਂਦੀ ਵਿਚਾਰਿਆਂ ਨੂੰ। ਚਲੋ ਠੀਕ ਹੈ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ। ਉਦੋਂ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਵੀ ਸਾਰੀ ਫੈਮਿਲੀ ਨੇ ਪੂਰੀ ਦੱਬ ਕੇ ਹੋਲੀ ਖੇਡੀ ਹੈ ਜੀ। ਸਾਡੇ ਵਿਹੜੇ ਦਾ ਹਾਲ ਇਸ ਤਰ੍ਹਾਂ ਦਾ ਹੋ ਗਿਆ ਸੀ ਜਿਵੇਂ ਕੋਈ ਲਹੂ ਡੋਲਿਆ ਹੁੰਦਾ, ਅਤੇ ਸਾਡੇ ਸਾਰ ਜਵਾਕਾਂ ਨੇ ਵੀ ਵਧੀਆ ਹੋਲੀ ਖੇਡੀ ਆ। ਕੋਈ ਦਿੱਕਤ ਵਾਲੀ ਗੱਲ ਨਹੀਂ, ਆਰਾਮ ਨਾਲ ਸਾਰਿਆਂ ਨੇ ਖੇਡੋ, ਬਸ ਅੱਖਾਂ ਉੱਖਾਂ 'ਚ ਰੰਗ ਪੈਣ ਤੋਂ ਬਚਾਇਓ, ਅਤੇ ਕਿਸੇ ਪਸ਼ੂ ਪੰਛੀ 'ਤੇ ਵੀ ਤੁਸੀਂ ਰੰਗ ਨਾ ਪਾਓ ਤਾਂ ਚੰਗਾ ਹੀ ਆ, ਵੀ ਆਪਦੇ ਫਨ ਲਈ ਆਪਾਂ ਕਿਸੇ ਨੂੰ ਕਿਉਂ ਦੁਖੀ ਕਰਨਾ। ਜਦੋਂ ਵੀ ਖੇਡੋ ਆਪਦੀਆਂ ਫੈਮਿਲੀਜ਼ ਨਾਲ ਹੀ ਖੇਡਿਆ ਕਰੋ। ਅਤੇ ਆ ਸਾਡੀ ਰੁੱਬੂ ਦਾ ਹਾਲ, ਹੁਣ ਕੀ ਕਰੇਗੀ? ਆਦਰੋ ਜਿਹੜਾ ਨੋਜ਼ 'ਤੇ ਰੰਗ ਰੰਗ ਲੱਗੇ ਤਾਂ ਹੀ ਰੋਣਾ, ਉਸ ਤੋਂ ਕਹਿੰਦੇ ਸੀ ਹੋਲੀ ਖੇਡਣੀ ਹੈ। ਅੱਜ ਜ਼ਿਆਦਾ ਵਲੋਗ ਤਾਂ ਸ਼ੂਟ ਕੀਤਾ ਨਹੀਂ ਗਿਆ ਕਿਉਂਕਿ ਹੋਲੀ ਖੇਡਦੇ ਸਾਨੂੰ ਆਏ ਸੀ ਕਿਤੇ ਸਾਡਾ ਫੋਨ ਜਾਂ ਕੈਮਰਾ ਵੀ ਨਾ ਖਰਾਬ ਹੋ ਜਾਵੇ। ਅਤੇ ਚਲੋ ਠੀਕ ਹੈ ਜੀ, ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਇੱਦਾਂ ਹੀ ਪਿਆਰ ਬਣਾਈ ਰੱਖਿਓ, ਅਤੇ ਸਾਰਿਆਂ ਨੂੰ ਹੈਪੀ ਹੋਲੀ ਜੀ ਸਾਡੇ ਪਰਿਵਾਰ ਵੱਲੋਂ, ਅਤੇ ਸਪੈਸ਼ਲੀ ਮੇਰੇ ਵੱਲੋਂ। ਬਾਏ ਬਾਏ।